subscribe to my channel and hit the bell icon so you never miss any video from my channel. Mere muhtaram samin inna mannan walean khoobsurat lafzain ch ik lafz ahle sunnat hai. ਇਹ ਵੀ ਇੱਕ ਖੂਬਸੂਰਤ ਲਫ਼ਜ਼ ਹੈ ਕਿਸੇ ਨੂੰ ਮੰਨ ਲੈਣ ਵਾਸਤੇ, ਨਬੀ ਪਾਕ ਦੀ ਇਤਾਤ ਵਾਸਤੇ, ਨਬੀ ਦੇ ਇਤਬਾ ਵਾਸਤੇ. ਜਿਹੜਾ ਨਬੀ ਦੀ ਪੈਰਵੀ ਕਰਦਾ ਹੈ, ਨਬੀ ਦਾ ਇਤਬਾ ਕਰਦਾ ਹੈ, ਨਬੀ ਦੀ ਸੁਨਤ 'ਤੇ ਅਮਲ ਕਰਦਾ ਹੈ, ਉਹ ਆਪਣੇ ਆਪ ਨੂੰ ਅਹਿਲ ਸੁਨਤ ਕਹਿਲਵਾਉਂਦਾ. ਇਹ ਖੂਬਸੂਰਤ ਇੱਕ ਲਫ਼ਜ਼ ਹੈ. ਇੱਕ ਹੋਰ ਖੂਬਸੂਰਤ ਲਫ਼ਜ਼ ਹੈ ਅਹਿਲ ਹਦੀਸ, ਵੀ ਬੜਾ ਖੂਬਸੂਰਤ ਲਫ਼ਜ਼, ਯਾਨੀ ਹਜ਼ੂਰ ਦੀ ਹਦੀਸ ਦਾ ਮੰਨਣ ਵਾਲਾ, ਹਜ਼ੂਰ ਦੀ ਹਦੀਸ 'ਤੇ ਅਮਲ ਕਰਨ ਵਾਲਾ. ਅਹਿਲ ਹਦੀਸ ਯਾਨੀ ਇਹ ਵੀ ਇੱਕ ਮੰਨਣ ਵਾਲਿਆਂ 'ਚ ਲਫ਼ਜ਼ ਆਉਂਦਾ ਹੈ. ਮੰਨਣ ਵਾਲੇ ਆਪਣੇ ਆਪ ਨੂੰ ਅਹਿਲ ਸੁਨਤ ਵੀ ਆਉਂਦੇ ਨੇ, ਮੰਨਣ ਵਾਲੇ ਆਪਣੇ ਆਪ ਨੂੰ ਅਹਿਲ ਹਦੀਸ ਵੀ ਆਉਂਦੇ ਨੇ. ਇਹ ਸਾਰੇ ਮੰਨਣ ਵਾਲਿਆਂ ਵਾਸਤੇ ਲਫ਼ਜ਼ ਨੇ. ਕੋਈ ਲਫ਼ਜ਼ ਵੀ ਕੋਈ ਇਸਤੇਮਾਲ ਕਰਦਾ ਤਾਂ ਮੰਨਣ ਵਾਸਤੇ ਕਰਦਾ ਨਾ. ਅਹਿਲ ਸੁਨਤ ਦਾ ਮਤਲਬ ਇਹ ਤਾਂ ਨਹੀਂ ਨਾ ਕਿ ਮੇਰੀ ਪੈਰਵੀ ਕਰੋ. ਅਹਿਲ ਸੁਨਤ ਦਾ ਮਤਲਬ ਹੈ ਨਬੀ ਦੀ ਸੁਨਤ 'ਤੇ ਅਮਲ ਕਰਨਾ. ਅਹਿਲ ਹਦੀਸ ਦਾ ਮਤਲਬ ਹੈ ਨਬੀ ਪਾਕ ਨੂੰ ਮੰਨਣ ਵਾਲਾ. ਦੋ ਗੱਲਾਂ ਮੈਂ ਕੁਰਾਨ ਸਾਹਮਣੇ ਰੱਖ ਕੇ ਕੀਤੀਆਂ ਨੇ. ਇੱਕ ਗੱਲ ਮੈਂ ਆਖਰੀ ਜਿਹੜੀ ਤੀਸਰੀ ਉਹ ਕੁਰਾਨ 'ਤੇ ਦੋਵੇਂ ਹੱਥ ਰੱਖ ਕੇ ਕਰਨ ਲੱਗਾ. ਤੁਹਾਨੂੰ ਪਤਾ ਕੁਰਾਨ ਬੰਦਾ ਉਦੋਂ ਚੁੱਕਦਾ ਜਦੋਂ ਕੋਈ ਇਤਬਾਰ ਨਾ ਕਰਦਾ. ਕਈ ਵੈਸੇ ਆਦਤਾਂ ਵੀ ਹਰ ਵੇਲੇ ਆਉਂਦੇ ਨੇ ਕੁਰਾਨ ਦੀ ਕਸਮ ਹੈ, ਕੁਰਾਨ ਦੀ ਕਸਮ. ਆਦਤ ਦੀ ਮੈਂ ਗੱਲ ਨਹੀਂ ਕਰ ਰਿਹਾ. ਜਿਹਨਾਂ ਨੂੰ ਆਦਤ ਹੈ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਕੁਰਾਨ ਕੀ ਹੈ ਅਤੇ ਕੀ ਹੈਸੀਆਂ ਨੇ. ਜਿਹੜਾ ਲਫ਼ਜ਼ ਅਹਿਲ ਸੁਨਤ ਹੈ ਇਹ ਵੀ ਮੰਨ ਲੈਣ ਦੇ ਮਾਣਿਆਂ 'ਚ ਆਉਂਦਾ ਹੈ ਕਿ ਮੰਨ ਲੈਣ ਵਾਲਾ ਹਜ਼ੂਰ ਦੀ ਸੁਨਤ ਨੂੰ ਮੰਨ ਲੈਣਾ. ਲਫ਼ਜ਼ ਅਹਿਲ ਹਦੀਸ ਵੀ ਮੰਨ ਲੈਣ ਵਾਲਿਆਂ 'ਚ ਆਉਂਦਾ ਹੈ ਕਿ ਇਹ ਨਬੀ ਦੀ ਹਦੀਸ ਨੂੰ ਮੰਨਦਾ ਹੈ, ਹਜ਼ੂਰ ਨੂੰ ਮੰਨਦਾ ਹੈ. ਤੀਸਰੀ ਗੱਲ ਮੈਂ ਕੁਰਾਨ 'ਤੇ ਹੱਥ ਰੱਖ ਕੇ ਬਾਵਜੂਦ ਕਹਿਣ ਲੱਗਾ, ਸੈਯਦ ਵੀ ਆਲਮ ਵੀ ਮੰਬਰ 'ਤੇ ਮੌਜੂਦ ਨੇ, ਇਹ ਜਿਹੜਾ ਲਫ਼ਜ਼ ਸ਼ੀਆ ਨਾ ਇਹਦਾ ਮਾਣਾ ਵੀ ਮੰਨਣ ਵਾਲਾ ਹੀ. ਮੈਂ ਦੁਬਾਰਾ ਅਰਜ਼ ਕਰਦਾ, ਜਿਹੜਾ ਲਫ਼ਜ਼ ਸ਼ੀਆ ਨਾ ਇਹਦਾ ਮਾਣਾ ਵੀ ਮੰਨਣ ਵਾਲਾ ਹੈ. ਅਹਿਲ ਸੁਨਤ ਦਾ ਮਤਲਬ ਵੀ ਕਿਸੇ ਨੂੰ ਮੰਨਣ ਵਾਲਾ ਹੀ ਹੈ, ਅਹਿਲ ਹਦੀਸ ਦਾ ਮਤਲਬ ਵੀ ਕਿਸੇ ਨੂੰ ਮੰਨਣ ਵਾਲਾ ਹੀ ਹੈ, ਅਤੇ ਲਫ਼ਜ਼ ਸ਼ੀਆ ਵੀ ਕਿਸੇ ਨੂੰ ਮੰਨਣ ਵਾਲੇ ਨੂੰ ਕਿਹਾ ਜਾਂਦਾ ਹੈ. ਫਰਕ ਸਿਰਫ ਇੰਨਾ ਹੈ ਕਿ ਦੂਸਰੇ ਦੋਵੇਂ ਲਫ਼ਜ਼ ਬੰਦਿਆਂ ਮਰਜ਼ੀ ਨਾਲ ਇਸਤੇਮਾਲ ਕੀਤੇ ਨੇ, ਲਫ਼ਜ਼ ਸ਼ੀਆ ਅੱਲਾਹ ਨੇ ਕੁਰਾਨ 'ਚ ਇਸਤੇਮਾਲ ਕੀਤਾ. ਜਿਹੜਾ ਮੰਨਣ ਵਾਸਤੇ ਲਫ਼ਜ਼ ਸ਼ੀਆ ਹੈ ਉਹ ਅੱਲਾਹ ਨੇ ਕੁਰਾਨ 'ਚ ਇਸਤੇਮਾਲ ਕੀਤਾ. ਮੇਰਾ ਇਹ ਮਤਲਬ ਨਹੀਂ ਕੋਈ ਲਫ਼ਜ਼, ਮੈਂ ਪਹਿਲੇ ਆਖਿਆ ਖੂਬਸੂਰਤ ਲਫ਼ਜ਼ ਹੈ. ਅੱਲਾਹ ਨੂੰ ਜਿਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਨਾ ਉਹਨੂੰ ਖਲੀਲ ਆਖਿਆ. ਖਲੀਲ ਜਿਹਨੂੰ ਖਲੀਲ ਆਖਿਆ ਨਾ ਉਹਨੂੰ ਸ਼ੀਆ ਆਖਿਆ. ਇਹਦਾ ਮਤਲਬ ਹੈ ਜਿਹੜੇ ਮੰਨਣ ਵਾਲੇ ਨੂੰ ਮੰਨਣ ਵਾਲੇ 'ਤੇ ਅੱਲਾਹ ਨੂੰ ਪਿਆਰ ਆ ਜਾਂਦਾ ਨਾ, ਉਹਨੂੰ ਫਿਰ ਅੱਲਾਹ ਲਫ਼ਜ਼ ਸ਼ੀਆ ਨਾਲ ਨਵਾਜ਼ਦਾ. ਮਾਣੇ ਤਾਂ ਮੈਨੂੰ ਕੋਈ ਨਹੀਂ ਆਉਂਦੇ, ਉਹ ਕਿਬਲਾ ਦੱਸਣ ਆ ਮਾਣੇ ਮੈਨੂੰ ਕੋਈ ਨਹੀਂ ਆਉਂਦੇ, ਨਾ ਮੈਨੂੰ ਤਰਜਮਾ ਆਉਂਦਾ ਨਾ ਮੈਂ ਇਹਦਾ ਤਰਜਮਾ ਕਰਨਾ, ਕਿਉਂਕਿ ਲਫ਼ਜ਼ ਸ਼ੀਆ ਦੇ ਜਿੰਨੇ ਤਰਜਮੇ ਹੋਏ ਨਾ ਉਹ ਵੀ ਅਰਬੀ 'ਚ ਹੋਏ. ਮੈਂ ਫਿਰ ਕਹਿ ਰਿਹਾ, ਲਫ਼ਜ਼ ਸ਼ੀਆ ਦੇ ਜਿੰਨੇ ਤਰਜਮੇ ਹੋਏ ਨਾ ਇੱਥੇ ਕੁਰਾਨ 'ਚ ਉਹ ਸਾਰੇ ਅਰਬੀ 'ਚ ਹੋਏ. ਲਫ਼ਜ਼ ਸ਼ੀਆ ਵੀ ਅਰਬੀ 'ਚ, ਦੇਖੋ ਜਿੰਨੇ ਤਰਜਮੇ ਨੇ ਉਹ ਵੀ ਅਰਬੀ 'ਚ ਨੇ. ਇਹਦਾ ਮਤਲਬ ਹੈ ਜਿਹਦੀ ਹੁਣ ਤੱਕ ਸਮਝ ਨਹੀਂ ਨਾ ਆਈ ਬੰਦਿਆਂ ਨੂੰ ਉਹ ਸ਼ੀਆ ਹੁੰਦਾ, ਅੱਲਾਹ ਦੇ ਬੰਦਿਆਂ ਸਮਝ ਤਾਂ ਸ਼ੀਆ ਦੀ ਨਹੀਂ ਪੀ ਆਉਂਦੀ, ਅਲੀ ਨੂੰ ਕਿਵੇਂ ਸਮਝ ਆਏ. ਮੌਲਾ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ, ਬਹੁਤ ਮਿਹਰਬਾਨ. ਉਹ ਅਸੀਂ ਸੋ ਲਫ਼ਜ਼ ਸ਼ੀਆ ਦਾ ਜਿੰਨਾ ਤਰਜਮਾ ਕੀਤਾ ਸਾਰੇ ਅਰਬੀ 'ਚ ਕੀਤਾ, ਉਹ ਉਰਦੂ 'ਚ ਕੁਝ ਦੱਸੋ ਸ਼ੀਆ ਕਿਹਨੂੰ ਆਉਂਦੇ ਨੇ. ਜਦੋਂ ਉਰਦੂ ਵਾਲੇ ਦੱਸਣਗੇ ਨਾ ਸ਼ੀਆ ਕਿਹਨੂੰ ਆਉਂਦੇ ਨੇ, ਉਦੋਂ ਮੈਂ ਪੰਜਾਬੀ 'ਚ ਦੱਸਾਂਗਾ ਕਿਹਨੂੰ ਆਉਂਦੇ, ਕਿਉਂਕਿ ਮੈਂ ਉਰਦੂ ਦੀ ਪੰਜਾਬੀ ਕਰਨੀ ਹੈ ਨਾ. ਮੇਰੇ ਅਜ਼ੀਜ਼ ਦੋਸਤੋ, ਅੱਲਾਹ ਪਾਕ ਨੇ ਹਜ਼ਰਤ ਨੂਹ ਅਲੈਹਿਸ ਹਜ਼ਰਤ ਨੂਹ ਨੂੰ ਜਾਣਦੇ ਹੋ ਥੋੜ੍ਹਾ ਬਹੁਤ? ਯਾਰਾ ਜਲਦੀ ਜਲਦੀ ਕਰਿਆ ਕਰੋ, ਬਸ ਠੀਕ ਹੈ. ਥੋੜ੍ਹਾ ਬਹੁਤ ਜਿੰਨਾ ਕੁ ਜਾਣਦੇ ਹੋ ਉਹਨਾਂ ਕੋ. ਹਜ਼ਰਤ ਨੂਹ ਅਲੈਹਿਸ ਸਲਾਮ ਉਹਨਾਂ ਪੱਥਰ ਖਾਤੇ ਸਨ ਬੜੇ ਅੱਲਾਹ ਦੀ ਤੋਹੀਦ ਵਾਸਤੇ. ਖਾਲਿਕ ਕਾਇਨਾਤ ਇਰਸ਼ਾਦ ਫਰਮਾਉਂਦੇ, ਸਲਾਮ ਅਲਾ ਨੂਹਿਨ ਫਿਲ ਆਲਮੀਨ, ਸਲਾਮ ਹੋ ਸਾਰੇ ਜਹਾਨੋਂ ਕੇ ਅੰਦਰ ਨੂਹ ਪਰ, ਨੂਹ ਪਰ ਸਾਰੇ ਜਹਾਨੋਂ ਕੇ ਅੰਦਰ ਸਲਾਮ ਹੋ. ਉਹਨੇ ਸਾਡੀ ਤੋਹੀਦ ਵਾਸਤੇ ਪੱਥਰ ਖਾਧੇ ਨੇ, ਉਹਦੇ 'ਤੇ ਸਲਾਮ ਹੋਵੇ. ਜਿਹਨੇ ਤੋਹੀਦ ਵਾਸਤੇ ਪੱਥਰ, ਕੀ ਹਜ਼ਰਤ ਨੂਹ ਕਿਸੇ ਨੂੰ ਆਉਂਦੇ ਸਨ? ਨਹੀਂ, ਹਜ਼ਰਤ ਨੂਹ ਕਿਸੇ ਨੂੰ ਸਿਰਫ ਆਉਂਦੇ ਸਨ ਅੱਲਾ ਇੱਕ, ਅੱਲਾ ਨੂੰ ਇੱਕ ਮੰਨਿਆ ਕਰੋ. ਬੰਦੇ ਪੱਥਰ ਮਾਰਦੇ ਸਨ, ਕਹਿੰਦੇ ਸਨ ਮਾਰੋ ਪਰ ਉਹ ਇੱਕੇ, ਫਿਰ ਮਾਰੋ ਫਿਰ ਇੱਕੇ. ਜਦੋਂ ਠੀਕ ਹੋ ਜਾਂਦੇ ਸਨ ਬਾਹਰ ਨਿਕਲਦੇ ਸਨ, ਫਿਰ ਉਹ ਮਾਰਦੇ ਸਨ, ਆਉਂਦੇ ਸਨ ਪੈ ਮਾਰੋ ਉਹ ਇੱਕੇ. ਇੰਨੀ ਮਾਰ ਖਾਧੀ ਹਜ਼ਰਤ ਨੂਹ ਅਲੈਹਿ ਸਲਾਮ ਨੇ, ਅਤੇ ਕੁਰਬਾਨੀ ਦਿੱਤੀ ਉਸ ਤੋਹੀਦ 'ਤੇ, ਅਤੇ ਅੱਲਾ ਫਰਮਾਉਂਦਾ ਸਲਾਮ ਅਲਾ ਨੂਹਿਨ ਫਿਲ ਆਲਮੀਨ, ਸਲਾਮ ਹੈ ਤੁਝ ਪੇ ਐ ਨੂਹ ਆਲਮੀਨ ਕੇ ਅੰਦਰ, ਜਿੱਥੋਂ ਜਿੱਥੋਂ ਤੱਕ ਕੋਈ ਜ਼ਮਾਨਾ ਹੈ ਤੇਰੇ 'ਤੇ ਸਲਾਮ ਹੈ, ਅਤੇ ਤੂੰ ਅਲੈਹ ਸਲਾਮ ਹੈ ਤੇਰੇ ਜੰਮਣ ਦੇ. ਸ਼ਾਬਾਸ਼ ਹੈ ਮੌਲਵੀ ਜਿਸ ਤੋਹੀਦ ਵਾਸਤੇ ਸਿਰਫ ਪੱਥਰ ਖਾਧੇ ਨੇ ਉਹਨੂੰ ਅਲੈਹ ਸਲਾਮ ਮੰਨ ਗਿਆ, ਅਤੇ ਜਿਹੜਾ ਬਿਨਾਏ ਲਾਏ ਲਾਏ ਉਹਨੂੰ ਰਜ਼ੀ ਅੱਲਾਹ ਅਨਹੁ ਛੱਡੇ.
صدقے پھر سنو سلام علی نوح فی العالمین, نوح پر سلام ہو, مہربانی نوح پر سلام ہو عالمین پر. اگے اللہ فرماتا ان کذالک, آواز ٹھیک آ رہی آواز, ان کذالک نجزی المحسنین, اسی طرح ہم احسان کرنے والوں کو جزا دیتے ہیں. کس طرح ہم سلام بھیجتے ہیں ایسے لوگوں پر جو ہماری توحید کی خاطر قربانیاں دیتے ہیں. پھر خالق نے فرمایا, پھر ہم مان نال کہہ رہے ہیں, اکبر تے کہہ رہے ہیں, کبریا ہو کے کہہ رہے ہیں, لوکاں دا وہ نبی سی, رسول سی, صاحب کلمہ سی, صاحب شریعت سی, نوح علیہ السلام سن. لیکن اللہ پھر اپنے لوگ کے گل کرتا تو پھر اپنے ساتھ نہ کرتا ہے, فرمایا انہ من عباد المؤمنین, وہ ہمارے بندوں میں سے ایک بندہ تھا, وہ ہمارے بندوں میں سے ایک بندہ تھا اور ہمارے مومن بندوں میں سے ایک مومن تھا. اللہ فرماتا سما اغرق نل آخرین, اور جو دوسرے تھے, دوسرے آخر والے یعنی اس کے اینٹی, اس کے مخالف, انہوں کو تو ہم نے خود غرق کیا تھا, انہیں ہم نے خود غرق کیا تھا. یہ مطلب ہے اپنے مد مقابل نو بد دعاواں دین دی بجائے تیرا ککھ نہ رہے, تو غرق ہی ہو جائے, تیرا ایکسیڈنٹ ہو جائے. میں کہ میرا خیال ہے جنی محنت بندے بد دعاواں تے کرتے ہیں صرف وہ بندے بن جاؤ تے مخالف نو آپ ہی غرق کر. مولا کائنات تمہیں جزائے خیر عطا فرمائے. وہ بندہ بننا ساڈا کام ہے, ساڈے مخالف نو خود غرق کرے گا, فکر کرنے والی گل کوئی نہیں. بلکہ وہ بندہ بن گیا ہوئے نا بندہ, تو اللہ فرمایا سی منڈے نو بھی آواز نہ دئی میں چھڈنا کوئی نہیں, تو بیوی نو بھی آواز نہ دئی میں چھڈنی کوئی نہیں. جڑی ساڈے بندے دی مخالف ہوئے نا, وہ پاویں نبی دی بیوی ہوئے میں غرق کروں. میرے عزیزو جدو حضرت نوح دی ساری گل سنا لئیے, پھر اللہ نے حضرت ابراہیم دا تذکرہ کیتا ہے جڑا آج دا میرا موضوع ہے. اللہ فرماتا ہے جی حضرت نوح کو جان گئے ہو, یہ جان گیا وہ تیرا بندہ سی, وہ تیرا مومن بندہ سی, وہ علیہ السلام سی. اللہ فرماتا ہے وَإِنَّا مِنْ شِيَّتِهِ لَإِبْرَاهِيمَ, ابراہیم اس کے شیوں میں سے ایک شیعہ. کیا بات ہے, سر اٹھاؤ میرے. ایک بندے عباسی لئی, عباسی سمجھ لو جمائی نے, صلوات پڑھو چنگی تکاؤ. ایک سونا نہیں تو ایک آپس ہی گلیں نہیں کرنی. میں ٹیچر سا تو منڈے دو آپس ہی گلیں کرتے سن, آخر تو بہ کے جب میں بلیک بورڈ والے منہ کرنا, ٹیچر پتا ہے کدی کدی بلیک بورڈ والے منہ کر, منہ کرنا تو نہ گلیں کرنی, میں ویک لو میں کہ میں کوئی خاص گل کرنی جی تو باہر ٹر, خاص گل کرنی جی تو باہر جا کر لو. میں چھٹی دے چھڑی, وہ باہر نکلے, ہیڈ ماسٹر نے آ کے کتنے پھر دو, انہیں آخیا سر جی سانو اندر نہیں جان دیں, وہ لے کے آ گیا. میں کہا جی انہیں کوئی خاص گل کرنی تو میرا خیال سے باہر جا کر لو. میں سکول کمرے چوں کٹے سن, وہ سکولوں کٹ چھڑ, ہو سکا گلیں باہر جا کر. وہ سویرے ماں پیو نے لے کے آ گیا, اسمبلی چ آ گیا, کی ہویا کی ہویا, میں کچھ بھی نہیں ہویا, مینوں سد لیا. انہیں آخیا جی یہ ساڈے انچارج نے, تو یہ سانو کلاس چ بہن نہیں دیندے. جدوں آتے ہیں کلاس سٹینڈ ہوں, دوجے نو آدھے تھی بہ جاؤ, سانو آدھے باہر نکل. میں انہوں نے والدین آخیا کوئی اختلاف والی گل کوئی نہیں, اصل چھے دونوں صاحبزاد نے کوئی اہم گل کرنی ہوں, وہ بھی میرے پیریڈ, تو وہ میرا خیال کہ جب میں پڑھا کراں ادو جا کے گل بات کر لین کر, کوئی ہرجی والی گل تو نہیں ہے. انہیں آخیا بھائی بڑی چبل ماری نے. میں کہ نہیں ایسی گل کوئی نہیں, جی سونا تا بھی چلے جاؤ, جی گلیں کرنی تا بھی چلے, جنہیں اتنے سونا گھر جا کے سویں, میں آرام کر جا کے. مہربانی, بہت شکریہ. کل ایک مجھے پڑھتا سا اتنے مستورات گلیں بڑی کر دیا سن, انہوں نے میں کہا میں بھن جی کو گل کرنی تو گھر جا کر, اتنے ادھر نہ ساریا کرنی. میرے عزیز وہ اتنے سونا نہیں تو انہیں گلیں نہیں کرنی, دھیان نال سننا جی. اللہ فرماتا ہے وَإِنَّا مِنْ شِيَّتِهِ لَإِبْرَاهِيمَ, نوح کے شیوں میں سے ابراہیم شیعہ تھا. نہ میں ترجمہ آتا ہے نہ میں کرنا, اتنا بھی گل ہے بھی شیعہ سی, این گل ہے بھی وہ شیعہ سی. چلو جی ترجمہ کرتے ہو تو میں کر دینا, جڑا ہویا وہ کر دینا, وہ کر لینا, کیونکہ شیعہ دے لفظ ایڈا خطرناک ہو چکا بابا جی ساڈے کول, تہاڈے کول گل ہو رہی. ایتھے جڑا بندہ حضرت علی علیہ السلام نو علیہ السلام آندا ہے تے کدی کدی انہاں اہل بیت دے غم چ آنسو آ جاندا ہے, وہ بندہ محبت اہل بیت بھی رکھتا ہے تے مجلسہ چ بھی آندا ہے. انہوں کچہری بہ کے بندے پوچھن نا, پاویں وکیل ہوئے سارا دن اینیاں گلاں کرتا ہے, انہوں بندے پوچھتے ہیں کل کتنے سو, وہ آتا یار میں مجلس سے ساڈے ملائی تو ٹر گیا, وہ آتا کدھر شیعہ تو نہیں پہ آتا, وہ گیا نہیں نہیں اسی تو منع والے ہاں صرف. جس بندے نو آخیا نا ایک دم کسی بندے نے بھائی تھی بھی شیعہ ہونا کر, نہیں نہیں کی کرتے ہو, اسی تو منع والے, تو بندہ پوچھے منع والے شیعہ آدھے.
ਜੋ ਮੰਨਣ ਵਾਲਾ ਮੰਨਦਾ ਤੇ ਸ਼ੀਆ ਤੇ ਮੰਨਦਾ। ਬਹੁਤ ਸ਼ੁਕਰੀਆ ਮੇਰੇ ਅਜ਼ੀਜ਼ ਦੋਸਤੋ। ਇਹ ਸ਼ੀਆ ਮੰਨਣ ਵਾਲੇ ਨਹੀਂ ਆਉਂਦੇ ਨੇ। ਚਲੋ ਮੈਂ ਤਰਜਮਾ ਕਰ ਦਿੰਦਾ ਜਿਹੜਾ ਹੋਇਆ ਵਾ ਇੰਨਾ ਮਿਨ ਸ਼ੀਆ ਤਹੀਲ ਇਬਰਾਹੀਮ। ਇਹ ਤਰਜਮਾ ਸ਼ਾਹ ਰਫੀਉਦੀਨ ਦਿਓਬੰਦੀ ਦਾ। ਉਹ ਫਰਮਾਉਂਦੇ ਨੇ ਹਜ਼ਰਤ ਇਬਰਾਹੀਮ ਉਸ ਕੇ ਤਾਬੇ ਫਰਮਾਨੋ ਮੇਂ ਸੇ ਤਾਬੇ ਫਰਮਾਨ ਥੇ। ਤਾਬੇ ਤੇ ਤਾਬੇ ਇਤਬਾ ਚੋਂ ਨਿਕਲਿਆ। ਇਹ ਵੀ ਅਰਬੀ ਦਾ ਲਫ਼ਜ਼ ਹੈ ਨਾ ਯਾਰ, ਅਰਬੀ ਦਾ ਲਫ਼ਜ਼। ਫਿਰ ਸ਼ੀਆ ਦਾ ਕੋਈ ਨਾ ਤਰਜਮਾ ਨਿਕਲਿਆ। ਜਿੰਨੇ ਸ਼ੀਆ ਦੇ ਤਰਜਮੇ ਸ਼ੀਆ ਦੇ ਕੀਤੇ ਨੇ ਕੀਤੇ ਸਾਰੇ ਅਰਬੀ 'ਚ ਨੇ। ਇਹਦਾ ਮਤਲਬ ਸ਼ੀਆ ਨੂੰ ਸ਼ੀਆ ਹੀ ਕਹਿ ਦੇਣਾ ਚਾਹੀਦਾ। ਸ਼ੀਆ ਨੂੰ ਇਬਰਾਹੀਮ ਉਸਕੇ ਸ਼ੀਓ ਮੇਂ ਸੇ ਇੱਕ ਸ਼ੀਆ ਥੇ। ਮੌਲਵੀ ਆਂਦਾ ਸ਼ੀਆ ਤਾਂ ਮੈਨੂੰ ਤਾਬੇ ਨੇ, ਤਰਜਮਾ ਕਰਿਆ ਕਰੋ। ਮੈਂ ਕਿਹਾ ਅੱਛਾ ਜੀ, ਉਹਦੇ ਮੰਨਣ ਵਾਲੇ 'ਚੋਂ ਮੰਨਣ ਵਾਲੇ ਸਨ, ਆਹੋ ਜੀ ਉਹਦੇ ਤਾਬੇ ਫਰਮਾਨਾਂ 'ਚੋਂ ਤਾਬੇ ਫਰਮਾਨ ਸਨ, ਆਹੋ ਜੀ ਉਹਦੇ ਪੈਰੋਕਾਰਾਂ 'ਚੋਂ ਪੈਰੋਕਾਰ ਸਨ, ਆਹੋ ਜੀ ਜਿਹੜਾ ਨਜ਼ਰੀਆ ਉਹਦਾ ਸੀ ਉਹੀ ਨਜ਼ਰੀਆ ਇਬਰਾਹੀਮ ਦਾ ਸੀ, ਆਹੋ ਜੀ ਜੋ ਉਹ ਚਾਹੁੰਦੇ ਸਨ ਉਹੀ ਇਹ ਚਾਹੁੰਦੇ ਸਨ, ਆਹੋ ਜੀ ਯਾਨੀ ਉਹਦੇ ਹਾਮੀ ਸਨ, ਆਹੋ ਜੀ। ਤੇ ਮੈਂ ਕਿਹਾ ਉਹਨੂੰ ਸ਼ੀਆ ਆਉਂਦੇ ਨੀ। ਹਜ਼ਰਤ ਇਬਰਾਹੀਮ ਨੂਹ ਦੇ ਹਾਮੀ ਸਨ ਨਾ, ਤੇ ਤੂੰ ਤੈਨੂੰ ਸ਼ੀਆ ਆਖਣਗੇ ਇਤਰਾਜ਼ ਕਿਉਂ? ਜਿਹੜੀ ਗੱਲ ਅੱਲਾ ਆਉਂਦਾ ਉਹ ਕਿਉਂ ਨਹੀਂ ਆਉਂਦਾ? ਮੈਂ ਝਾਕਾ ਖੋਲ ਦੇਣਾ ਉਹਨਾਂ ਬੰਦਿਆਂ ਦਾ ਜਿਹਨਾਂ ਨੂੰ ਇੱਕਦਮ ਆਖੀਏ ਸ਼ੀਆ ਉਹ ਤੋਂ ਨਹੀਂ ਅਸੀਂ ਮੰਨਣਾ ਹੈ। ਅੱਜ ਦੀ ਮਜਲਿਸ ਸਿਰਫ ਝਾਕਾ ਖੋਲਣਾ, ਆਉਂਦੇ ਵੀ ਮਜਲਿਸ ਵਿੱਚ ਨੇ ਤੇ ਮੰਨਦੇ ਸਿਰਫ ਇਸ ਵਕਤ। ਅਸਲ ਗੱਲ ਇਹ ਕਿ ਇੰਨਾ ਜਿਹਾ ਰੌਲਾ ਪਾ ਛੜਿਆ ਇਹਨਾਂ ਬੰਦਿਆਂ, ਸ਼ੀਆ ਇੰਜ ਦੇ ਹੁੰਦੇ ਨੇ, ਸ਼ੀਆ ਇੰਜ ਦੇ ਹੁੰਦੇ ਨੇ। ਮੈਂ ਤੁਹਾਨੂੰ ਦੱਸਦਾ, ਲਓ ਜੀ ਮੈਂ ਇੱਕ ਆਇਤੇ ਮਜੀਦਾ ਪੜ੍ਹ ਦੇਣਾ, ਉਹਦੇ ਨਾਲ ਹੀ ਇਨਸ਼ਾਅੱਲਾ ਸਾਰੀ ਮਜਲਿਸ ਤੈਅ ਹੋ ਜਾਏਗੀ। ਮੈਂ ਸ਼ੀਆ ਤਾਬੇ ਨੂੰ ਆਉਂਦੇ ਨੇ, ਇਹ ਜਿਹੜੀ ਸਾਡੀ ਮੁਖਾਲਫਤ ਹੋਈ ਹੈ ਨਾ ਸ਼ੀਆ ਹੋਣ ਦੀ ਵਜ੍ਹਾ ਤੋਂ ਨਹੀਂ ਹੋਈ, ਅਲੀ ਦੇ ਸ਼ੀਆ ਹੋਣ ਦੀ ਵਜ੍ਹਾ ਤੋਂ ਹੋਈ। ਮੌਲਾ ਤੁਹਾਨੂੰ ਜਜ਼ਾਏ ਖੈਰ ਦੇ। ਅਗਰ ਤੁਸੀਂ ਆਖੋ ਤਾਂ ਮੈਂ ਲਾਹੌਰ 'ਚ ਜਨਾਬ ਮਦੂਦੀ ਸਾਹਿਬ ਦੀ ਮੇਰੇ ਕੋਲ ਕਿਤਾਬ ਖਿਲਾਫ ਤੋਂ ਮਲੂਕੀਦ, ਹੁਣ ਤਾਂ ਲੋਕਾਂ ਰੱਟ ਵੀ ਲਈ ਹੈ, ਇਹਦੇ 'ਚ ਲਫ਼ਜ਼ ਸ਼ੀਆ ਨੂੰ ਉਹਨਾਂ ਮੌਜੂ ਬਣਾਇਆ, ਸਫ਼ਾ 210 'ਤੇ ਫਰਮਾਦਰ ਸ਼ੀਆ। ਜਿਹੜੇ ਕਰੀਬ ਮੁੰਡੇ ਬੈਠੇ ਨੇ ਪੜ੍ਹ ਲੈ ਕੀ ਲਿਖਿਆ। ਸ਼ੀਆ ਵਿੱਚ ਕੋਈ ਛੁਰੀ ਬਣੀ ਉਹ ਘੋੜਾ ਹੋਵੇ ਹਲੋ, ਹਾਂਜੀ ਸਾਦਾ ਸਿਰ ਸ਼ੀਆ ਲਿਖਿਆ। ਇਹਦਾ ਮਤਲਬ ਅਗਲੀਆਂ ਸਾਰੀਆਂ ਗੱਲਾਂ ਵਿੱਚ ਆਉਂਦੀਆਂ ਨੇ। ਲੋਕਾਂ ਦੀ ਨਜ਼ਰ 'ਚ ਅਸੀਂ ਕੀ ਹਾਂ ਮੈਂ ਉਹ ਪੜ੍ਹਨ ਲੱਗ, ਅਸੀਂ ਜੋ ਹਾਂ ਸਾਨੂੰ ਪਤਾ ਹੈ ਲੋਕਾਂ ਦੀ ਨਜ਼ਰ 'ਚ ਅਸੀਂ ਕੀ ਹਾਂ। ਇੱਕੋ ਹੀ ਲਫ਼ਜ਼ ਹੈ ਸਾਰੀ ਗੱਲ ਵਿੱਚ ਆ ਜਾਏਗੀ, ਲਫ਼ਜ਼ ਸ਼ੀਆ। ਸ਼ੀਆ ਕੌਣ ਹੈ? ਅੰਧ ਨੇ ਚੰਦ ਨਜ਼ਰੀਆਤ ਕੇ ਤਹਿਤ ਲੋਕ ਮੁਖਤਲਿਫ ਫਿਰਕੋ ਮੇਂ ਬਟ ਗਏ। ਅੱਛਾ ਜੀ ਫਿਰਕੇ ਕਿਵੇਂ ਬਣੇ? ਮਸਲਨ ਇੱਕ ਸ਼ੀਆ, ਅੱਗੇ ਹੋਰ ਵੀ ਫਿਰਕੇ ਦੱਸਣ, ਸ਼ੀਆ ਕੌਣ ਨੇ? ਇੱਕੋ ਹੀ ਲਫ਼ਜ਼ ਦਾ ਸਵਾਦ ਹੈ। ਫਰਮਾਉਂਦੇ ਨੇ ਹਾਂ ਮੀਆਂ ਨੇ ਅਲੀ ਕਾ ਯੇ ਗਿਰੋ। ਕਿਆ ਬਾਤ ਹੈ ਮੌਲਾ, ਤੁਹਾਨੂੰ ਜਜ਼ਾਏ ਖੈਰ ਦਾ। ਹਾਂ ਮੀਆਂ ਨੇ, ਹਾਂ ਮੀਆਂ ਹਾਮੀ ਦੀ ਜਮਾ ਹਾਮੀਆਂ, ਹਾਂ ਮੀਆਂ ਨੇ ਅਲੀ ਕਾ ਯੇ ਗਿਰੋ। ਇਬਤਦਾ ਮੇਂ ਠੀਕ ਹੈ ਬੱਚਾ, ਨਾਰਾ ਅਲੀ ਦਾ ਨਾਮ ਹੈਦਰੀ ਯਾਦ। ਹਾਂ ਮੀਆਂ ਨੇ ਅਲੀ ਕਾ ਯੇ ਗਿਰੋ, ਇਬਤਦਾ ਮੇਂ ਸ਼ੀਆ ਨੇ ਅਲੀ ਕਹਾ ਜਾਤਾ ਥਾ। ਇਹ ਜਿਹੜੇ ਬੰਦੇ ਆਉਂਦੇ ਨੇ ਕੱਲ ਪਰਸੋਂ ਬਣੇ ਨੇ, ਕੱਲ ਪਰਸੋਂ ਵਾਲੀ ਗੱਲ ਕੋਈ ਨਹੀਂ। ਉਹ ਆਉਂਦੇ ਨੇ ਇਬਤਦਾ ਮੇਂ ਇਨਕਾ ਨਾਮ ਸ਼ੀਆ ਨਹੀਂ ਥਾ, ਸ਼ੀਆ ਨੇ ਓਏ ਸਾਡਾ ਪੂਰਾ ਨਾਂ ਦੱਸਾ ਦਿਆ ਕਰੋ, ਸਾਡਾ ਪੂਰਾ ਨਾਂ ਸ਼ੀਆ ਨਹੀਂ, ਪੂਰਾ ਨਾਂ ਕੀ ਹੈ? ਸ਼ੀਆ ਨੇ ਅਲੀ, ਸ਼ੀਆ ਨੇ ਅਲੀ। ਸਾਨੂੰ ਸ਼ੀਆ ਲੋਕ ਇੰਝ ਹੀ ਆਉਂਦੇ ਨੇ ਜਿਵੇਂ ਅਸ਼ਰਫ ਨੂੰ ਅੱਛੂ ਆਉਂਦੇ ਨੇ। ਮੈਂ ਸਹੀ ਆਉਂਦਾ ਜੀ, ਬੋਲੋ ਯਾਰ, ਮੈਂ ਤੇ ਅਸ਼ਰਫ ਨੂੰ ਅੱਛੂ, ਅਬਦੁਲ ਰਹਿਮਾਨ ਨੂੰ ਮਾਨੂ, ਅਲਤਾਫ ਹੁਸੈਨ ਨੂੰ ਤਾਫਾ, ਆ ਮਹਿਮੂਦ ਨੂੰ ਮੁੱਦਾ ਆਉਂਦੇ ਨੇ। ਉਹ ਮੁੱਦਾ ਤੇ ਇੱਕ ਪਾਸੇ ਰਹਿ ਗਿਆ ਜਿਹੜਾ ਮੁੱਦੀ ਹੋਵੇ, ਚਲੋ ਬੰਦਾ ਮੁੱਦਾ ਵੀ ਹੋਵੇ ਤੇ ਗੁਜ਼ਾਰਾ ਹੋ ਜਾਂਦਾ। ਮੇਰੇ ਅਸੀਂ ਦੋਸਤੋ ਸਾਡਾ ਪੂਰਾ ਨਾਂ ਕੀ ਹੈ? ਸ਼ੀਆ ਨੇ ਅਲੀ, ਸ਼ੀਆ ਨੇ ਅਲੀ। ਜਦੋਂ ਅਸੀਂ ਪੂਰੇ ਹੁੰਦੇ ਹਾਂ ਨਾ ਅਲੀ ਵਿੱਚ ਹੁੰਦਾ ਹੈ। ਮੌਲਾ ਤੁਹਾਨੂੰ ਜਜ਼ਾਏ ਖੈਰ ਦੇ। ਸਾਡਾ ਅਧੂਰਾ ਨਾਂ ਸ਼ੀਆ, ਸਾਡਾ ਪੂਰਾ ਨਾਂ ਕੀ ਹੈ? ਸ਼ੀਆ ਨੇ ਅਲੀ। ਖੈਰ ਹੋਵੇ ਤੁਹਾਡੀ, ਸ਼ੀਆ ਨੇ ਅਲੀ। ਫਰਮਾਉਂਦੇ ਨੇ ਬਾਅਦ ਮੈਂ ਇਸਤਲਾਹਨ ਇਹਨੇ ਸਿਰਫ ਸ਼ੀਆ ਕਹਾ ਜਾਣੇ ਲਗਾ। ਅੱਜ ਮੈਨੂੰ ਨਹੀਂ ਪਤਾ ਸ਼ੀਆ 'ਚ ਕਿੰਨੇ ਇਖਤਲਾਫਾਤ ਨੇ, ਲੇਕਿਨ ਮੁਖਾਲਿਫ ਦੀ ਨਜ਼ਰ 'ਚ ਅਸੀਂ ਕੀ ਹਾਂ ਉਹ ਧਿਆਨ ਨਾਲ ਸੁਣੋ। ਮਦੂਦੀ ਸਾਹਿਬ ਫਰਮਾਤੇ ਨੇ ਯੇ ਵੋ ਲੋਕ ਥੇ ਜੋ ਹਜ਼ਰਤ ਅਲੀ ਕੋ ਖਿਲਾਫਤ ਕੇ ਲੀਏ ਅਹਲ ਤਰ ਸਮਝਦੇ ਥੇ।
भाई क्या बात है, सर उठाओ ना। ये वो लोग थे जो हजरत अली को खिलाफत के लिए अहल नहीं अहल तर समझते थे। एक जुमला और लिखा है साडे मुतलक को भी सुन लो। फरमाते ने बाकायदा मखसूस नजरियात के साथ एक पार्टी का वजूद का आगाज। ये पहले बाकायदा कोई पार्टी नहीं थी, जो जहां जहां होते थे सिर्फ अली के हामी होते थे। हाय हाय, ये जहां जहां भी होते थे सिर्फ अली के हामी होते थे। अल्लाह तू गवाह रही, सानू लोगों नु पता है सी हजरत जदों दे हैं वा हजरत अली दे हामी आ। जिहड़ा बंदा समझदा ना भी सानू डरा धमका के ते किसे होर पासे लै जांगे, कुरान ते हथ है, ला इलाहा इल्लल्लाह मुहम्मद रसूलुल्लाह अलीयुन वलीयुल्लाह। कल भी अली के हामी थे, आज भी अली के हामी है। ऐ बंदे साडे मतलब दूसरी गल मत सोच। अली की हमायत करने वाले शिया क्या जाए। एक गल बड़ी जी खूबसूरत उन्होंने लिखी मदूदी साहब ने, वह फरमाते ने बकायदा मखसूस नजरियात के साथ एक पार्टी। मेरे को उर्दू सुन के बंदे सोचते हैं कितों चोरी की थी। यार किताबा सारिया उर्दू च ने यार की किबला बैठे ने, माफ करो थोड़े को माध रत्न उर्दू बोल दी। और मदूदी साहब भी पढ़े लिखे बंदे ने, मैं फंस गया हूँ। मेरा दिल करता वार शाह जो आंदा तो मैं खिलाफ तो मलुकी का तर्जमा पंजाबी करा, लेकिन हमें यही पढ़नी पैनी। फरमाते हैं बकायदा मखसूस नजरियात के साथ एक पार्टी का वजूद का आगाज। ये बकायदा कोई पार्टी नहीं थी, ये जहीं जहां भी होते थे ना बस अली के हामी होते थे। इतने दो उथे त्रै उथे एक उथे पांच, बस अली के हामी बिखरे सन। पार्टी का वजूद उन लड़ाइयों के बाद वजूद में ये पार्टी आई जो हजरत अली के साथ लड़ी गई। जदों हजरत अली ने जंगे सफीन ते जमल ते नहरवान हुई है, वो फरमाते उस वक्त ये पार्टी का वजूद बन गया। और फिर हजरत इमाम हुसैन की शहादत ने इनकी सफों को मुजतबे कर दिया। एदा मतलब है गल्ला दो ही निकलिया सारी तारीख है, या अली दे हामिया या शबीर दे हमैदिया। सर उठाओ मौला तुहानू जज़ा देगा। असी अली अलैहि सलाम की वलायत तो शिया हां ते शब्बीर दे आजादारी तो शिया। कोई शिया ऐसा नहीं जेड़ा अली उल वली उल्ला विच ना होवे ते आजादारी शब्बीर विच ना होवे। ये साडा तारुफ है अलहमदुलिल्लाह।